ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ। ਓ ਹੈਲੋ ਅੰਕਲ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਦਿਸ ਨਹੀਂ ਰਿਹਾ? ਮੈਨੂੰ ਤਾਂ ਦਿਸ ਰਿਹਾ, ਪਰ ਸ਼ਾਇਦ ਤੈਨੂੰ ਨਹੀਂ ਦਿਸਦਾ ਪਿਆ ਕਿ ਮੈਂ ਕੰਮ ਕਰ ਰਿਹਾ। ਹਾਂ ਹਾਂ ਪਤਾ ਹੈ, ਦੇਸ਼ ਦੇ ਮੰਤਰੀ ਤੋਂ ਵੀ ਜ਼ਿਆਦਾ ਬਿਜ਼ੀ ਹੋ ਤੁਸੀਂ, ਪਰ ਮੈਂ ਤੁਹਾਡਾ ਜ਼ਿਆਦਾ ਸਿਰ ਨਹੀਂ ਖਾਵਾਂਗੀ। ਮੇਰਾ ਮਤਲਬ ਹੈ, ਜ਼ਿਆਦਾ ਟਾਈਮ ਨਹੀਂ ਲਵਾਂਗੀ, ਛੇਤੀ ਛੇਤੀ ਬੋਲ ਦੇਵਾਂਗੀ। ਠੀਕ ਹੈ, ਛੇਤੀ ਬੋਲ, ਮੇਰੀ ਇੱਕ ਇੰਪੋਰਟੈਂਟ ਮੀਟਿੰਗ ਹੈ, ਸੋ ਟੈਲ ਮੀ ਫਾਸਟ। ਉਹ ਮੈਂ ਤੁਹਾਨੂੰ ਥੈਂਕ ਯੂ ਕਹਿਣ ਆਈ ਸੀ, ਤੁਸੀਂ ਮੇਰੀ ਬਹੁਤ ਵੱਡੀ ਮਦਦ ਕੀਤੀ ਹੈ ਨਾ, ਇਸ ਲਈ। ਬਸ ਥੈਂਕਸ ਬੋਲਣਾ ਸੀ, ਇਹ ਜ਼ਰੂਰੀ ਗੱਲ ਸੀ, ਇਹਦੇ ਲਈ ਇੱਥੇ ਆਉਂਦੀ ਕੀ ਲੋੜ ਸੀ, ਪਾਰਟੀ 'ਚ ਬੋਲ ਦਿੰਦੀ। ਤੈਨੂੰ ਇਨਵਾਈਟ ਆਇਆ ਨਾ? ਹਾਂ ਆਇਆ ਤਾਂ ਹੈ। ਕੀ ਹੋਇਆ, ਪਰੇਸ਼ਾਨ ਦਿਖ ਰਹੀ ਹੈ, ਕਿੱਥੇ ਤੂੰ ਆਪਣੇ ਕਿਤੇ ਵਾਅਦੇ ਤੋਂ ਮੁਕਰ ਤਾਂ ਨਹੀਂ ਰਹੀ? ਨਹੀਂ ਨਹੀਂ ਬਿਲਕੁਲ ਵੀ ਨਹੀਂ। ਉਹ ਐਕਚੁਲੀ ਮੈਂ ਤੁਹਾਨੂੰ ਥੈਂਕ ਯੂ ਦੇ ਨਾਲ ਨਾਲ ਸੌਰੀ ਵੀ ਕਹਿਣਾ ਚਾਹੁੰਦੀ ਹਾਂ। ਮਤਲਬ ਮੈਂ ਜੋ ਜੋ ਕੁਝ ਕੀਤਾ, ਕਦੇ ਕਦੇ ਕਿੰਨੀ ਬਦਤਮੀਜ਼ੀ ਨਾਲ ਪੇਸ਼ ਆਈ, ਕਦੇ ਕਦੇ ਪਤਾ ਨਹੀਂ ਗੁੱਸੇ 'ਚ ਕੀ ਬੋਲ ਦਿੱਤਾ, ਪਰ ਸਾਰੀ ਗਲਤੀ ਮੇਰੀ ਨਹੀਂ ਸੀ, ਗਲਤੀ ਤੁਹਾਡੀ ਵੀ ਸੀ। ਤੁਸੀਂ ਮੈਨੂੰ ਰੀਜ਼ਨਸ ਦੇ ਰਹੇ ਸੀ, ਪਰ ਮੇਰੀ ਗਲਤੀ ਜ਼ਿਆਦਾ ਸੀ, ਸ਼ਾਇਦ ਮੈਂ ਜ਼ਰੂਰਤ ਤੋਂ ਵੱਧ ਹੀ ਰਿਐਕਟ ਕਰ ਦਿੱਤਾ। ਜਿੱਦਾਂ ਉਹ ਕੇਕ ਵਾਲੀ ਗੱਲ, ਜੇ ਮੈਂ ਉਹ ਨਾ ਲਾਉਂਦੀ ਤਾਂ ਵੀ ਗੱਲ ਕਲੀਅਰ ਹੋ ਸਕਦੀ ਸੀ। ਠੀਕ ਹੈ, ਮੈਂ ਤੈਨੂੰ ਕਦੋਂ ਦਾ ਮਾਫ਼ ਕਰ ਦਿੱਤਾ? ਜੇ ਮਾਫ਼ ਨਾ ਕੀਤਾ ਹੁੰਦਾ ਨਾ ਤਾਂ ਤੂੰ ਇੱਥੇ ਨਾ ਬੈਠੀ ਹੁੰਦੀ। ਪਰ ਸੱਚੀ ਤੁਸੀਂ ਮੇਰੀ ਬਹੁਤ ਵੱਡੀ ਹੈਲਪ ਕੀਤੀ ਹੈ, ਤੁਹਾਡਾ ਅਹਿਸਾਨ ਤਾਂ ਮੈਂ ਜ਼ਿੰਦਗੀ ਭਰ ਨਹੀਂ ਚੁਕਾ ਸਕਦੀ। ਇਟਸ ਓਕੇ, ਕੱਲ ਮਿਲਦੇ ਹਾਂ। ਹੈਲੋ, ਯਾ ਵੇਟ, ਯੈਸ, ਮੈਂ ਤੁਹਾਡੀ ਡਿਟੇਲਸ ਪੜ੍ਹੀਆਂ, ਕੁਛ ਲੂਪ ਹੋਲਸ ਹੈ। ਨਹੀਂ ਇਹ ਤਾਂ ਨਹੀਂ ਹੈ, ਸੇਮ
ਰਜਨੀ ਬਾਜਵਾ ਦੀ ਫੈਮਿਲੀ ਤੋਂ ਵੀ ਕੋਈ ਚੀਜ਼? ਮੈਂ ਸਾਰੀ ਲਿਸਟ ਚੈੱਕ ਕਰ ਲਈ, ਬਟ ਮੈਨੂੰ ਇਹਦਾ ਤਾਂ ਕੋਈ ਵੀ ਨਾਂ ਨਹੀਂ ਮਿਲਿਆ ਜਿਹਨੂੰ ਡੀਜੇ ਨੇ ਸਿਲੈਕਟ ਕੀਤਾ ਹੋਵੇ। ਅਵਨੀਤ, ਇਹ ਡੀਜੇ ਦੀ ਪੁਰਾਣੀ ਕਾਲਜ ਫਰੈਂਡ ਹੈ, ਕਿਤੇ ਇਹਨੂੰ ਤਾਂ ਨਹੀਂ ਸਾਡੀ ਸੱਸ ਬਣਾ ਰਹੇ? ਪਰ ਉਹ ਤਾਂ ਰੁਬਾਨੀ ਮਮਾ ਦੀ ਬਹੁਤ ਪੱਕੀ ਫਰੈਂਡ ਸੀ। ਉਹੀ ਤਾਂ, ਡੀਜੇ ਇਹਨੂੰ ਕਾਫੀ ਸਾਲਾਂ ਤੋਂ ਜਾਣਦੇ ਨੇ, ਤੇ ਡੀਜੇ ਜਿਹੜੀ ਗੱਲ ਕਿਸੇ ਨਾਲ ਨਹੀਂ ਕਰ ਸਕਦੇ ਨਾ, ਇਹਦੇ ਨਾਲ ਕਰ ਸਕਦੇ ਨੇ। ਮੈਨੂੰ ਤਾਂ ਲੱਗਦਾ ਇਹੀ ਹੈ। ਤੂੰ ਸਹੀ ਕਹਿ ਰਹੀ ਹੈ, ਇਹੀ ਹੋ ਸਕਦੀ ਹੈ। ਅਵਨੀਤ, ਨਹੀਂ ਨਹੀਂ, ਪਲੀਜ਼ ਇੱਦਾਂ ਨਾ ਕਰਨਾ ਬਾਬਾ ਜੀ। ਪਰ ਅਵਨੀਤ ਤਾਂ ਚੰਗੀ ਤਰ੍ਹਾਂ ਜਾਣਦੀ ਹੈ ਕਿ ਡੀਜੇ ਰੁਬਾਨੀ ਮਮਾ ਨੂੰ ਕਿੰਨਾ ਪਿਆਰ ਕਰਦੇ ਸੀ, ਫਿਰ ਉਹ ਵਿਆਹ ਲਈ ਕਿਉਂ ਮੰਨੇਗੀ? ਨਾਲੇ ਉਹਨੂੰ ਤਾਂ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਡੀਜੇ ਦਾ ਪਿਆਰ ਉਹਨੂੰ ਕਦੇ ਨਹੀਂ ਮਿਲੇਗਾ। ਨਹੀਂ, ਇੰਪੋਸੀਬਲ। ਇਹ ਕੀਤੀ ਨਾ ਸਿਮਰਨ ਭਾਬੀ ਨੇ ਮੇਰੇ ਮਤਲਬ ਦੀ ਗੱਲ। ਓ ਗੋਡ, ਫਿਰ ਕੌਣ ਹੈ? ਇੰਨੀ ਵੱਡੀ ਮਿਸਟਰੀ ਬਣਾ ਕੇ ਰੱਖੀ ਹੋਈ ਹੈ। ਇਹ ਤਾਂ ਹੁਣ ਟਾਈਮ ਹੀ ਦੱਸੇਗਾ, ਕੱਲ ਹੀ ਪਤਾ ਲੱਗੇਗਾ। ਇਹਨਾਂ ਨੂੰ ਕੋਈ ਆਈਡੀਆ ਵੀ ਨਹੀਂ ਹੈ ਕਿ ਕੱਲ ਕੀ ਹੋਣ ਵਾਲਾ ਹੈ। ਜੋ ਵੀ ਹੋਏਗਾ ਚੰਗਾ ਹੀ ਹੋਏਗਾ। ਐਟਲੀਸਟ ਡੀਜੇ ਦਾ ਵਿਆਹ ਤਾਂ ਹੋਏਗਾ, ਫਿਰ ਉਹ ਸਾਡਾ ਸਰਖਾੜਾ ਬੰਦ ਕਰ ਦੇਣਗੇ ਤੇ ਸਾਨੂੰ ਨਾ ਥੋੜੀ ਸ਼ਾਂਤੀ ਮਿਲੂਗੀ ਤੇ ਉਹਨਾਂ ਦੀ ਹਿਟਲਰਗਿਰੀ ਵੀ ਨਾ ਖਤਮ ਹੋ ਜਾਏਗੀ। ਪਰ ਇਸ ਤੋਂ ਪਹਿਲਾਂ ਉਹ ਆ ਕੇ ਸਾਨੂੰ ਨਾਪੇ, ਅਸੀਂ ਤਿੰਨ ਤਿਗੜੀ ਮਿਲ ਕੇ ਉਸ 'ਤੇ ਹਾਵੀ ਹੋ ਜਾਵਾਂਗੇ। ਉਹ ਸਾਡੇ ਹਿਸਾਬ ਨਾਲ ਚੱਲੇ, ਨਾ ਕਿ ਅਸੀਂ ਉਸ ਦੇ ਹਿਸਾਬ ਨਾਲ। ਕੰਨੂ, ਤੂੰ ਇਹਨਾਂ 'ਚੋਂ ਦੇਖ ਲੈ ਅੱਜ ਦੀ ਪਾਰਟੀ 'ਚ ਤੂੰ ਕੀ ਪਾਉਣਾ। ਬਈਆ, ਸਾਰੇ ਗਾਣੇ ਇੱਦਾਂ ਕਿਉਂ ਰੱਖੇ? ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਐਡੇ ਵੱਡੇ ਖਾਨਦਾਨ ਦੀ ਪਾਰਟੀ 'ਚ ਜਾ ਰਹੇ ਹਾਂ ਤੇ ਐਵੇਂ ਥੋੜੀ ਮੂੰਹ ਚੁੱਕ ਕੇ ਚਲੇ ਜਾਵਾਂਗੇ। ਅਸੀਂ ਵੀ ਤੇ ਟਿਪ ਟੌਪ ਲੱਗਣੇ ਚਾਹੀਦੇ ਆ ਨਾ। ਅਸੀਂ ਜਿੱਦਾਂ ਦੇ ਆ ਪਰਮ, ਉਦਾਂ ਠੀਕ ਆ। ਜੋ ਲੋਕ ਟਿਪ ਟੌਪ ਹੈ ਨਾ, ਉਹ ਵਿਖਾਵਾ ਕਰਨ। ਨਾਲੇ ਤੈਨੂੰ ਕੀ ਲੱਗਦਾ, ਇਹ ਆਰਟੀਫਿਸ਼ਲ ਗਹਿਣੇ ਪਾ ਕੇ ਅਸੀਂ ਉਹਨਾਂ ਦੀ ਬਰਾਬਰੀ ਕਰ ਸਕਾਂਗੇ? ਹਾਂ, ਤੇ ਕੀ ਪਿਆਜ਼ ਟਮਾਟਰਾਂ ਦੇ ਹਾਰ ਪਾ ਕੇ ਚਲੇ ਜਾਈਏ? ਜਿਸ ਤਰ੍ਹਾਂ ਦੀ ਜਗ੍ਹਾ ਤੇ ਜਾਣਾ ਹੋਵੇ ਨਾ, ਬੰਦੇ ਨੂੰ ਉਹਦੇ ਹਿਸਾਬ ਦੇ ਨਾਲ ਤਿਆਰ ਹੋ ਕੇ ਜਾਣਾ ਚਾਹੀਦਾ। ਨਾਲੇ ਅਸੀਂ ਕਿਸੇ ਨਾਲ ਬਰਾਬਰੀ ਨਹੀਂ ਕਰਨੀ, ਬਸ ਅਸੀਂ ਆਪਣੇ ਹਿਸਾਬ ਦੇ ਨਾਲ ਚੰਗੇ ਬਣ ਕੇ ਜਾਣਾ। ਨਾਲੇ ਵੱਡੀਆਂ ਵੱਡੀਆਂ ਪਾਰਟੀਆਂ 'ਚ ਨਾ ਵੱਡੇ ਵੱਡੇ ਖਾਨਦਾਨ ਦੇ ਲੋਕ ਆਏ ਹੁੰਦੇ ਨੇ, ਕੀ ਪਤਾ ਕਿੱਥੇ ਗੱਲ ਬਣ ਜਾਏ ਤੇ ਕਿਸੇ ਨੂੰ ਸਾਡੀਆਂ ਧੀਆਂ ਦੇ ਵਿੱਚ ਆਪਣੀ ਨੂੰਹ ਨਜ਼ਰ ਆ ਜਾਏ। ਇੱਕ ਵੀ ਵੱਡੇ ਖਾਨਦਾਨ ਦਾ ਰਿਸ਼ਤਾ ਆ ਗਿਆ ਨਾ, ਤਾਂ ਮੇਰੀ ਦੋਵਾਂ ਧੀਆਂ ਦੀ ਜ਼ਿੰਦਗੀ ਸੈੱਟ ਸਮਝੋ। ਹੁਣ ਮੈਂ ਤੈਨੂੰ ਕੀ ਬੋਲਾਂ, ਤੈਨੂੰ ਤਾਂ ਕੁਝ ਸਮਝਾਉਣਾ ਹੀ ਬੇਕਾਰ। ਤੇ ਨਾ ਸਮਝਾਓ, ਇਹ ਸਾਡੀ ਕੁੜੀਆਂ ਦੀ ਗੱਲ, ਅਸੀਂ ਆਪੇ ਦੇਖ ਲਾਂਗੇ। ਕੀ ਤੂੰ ਕੱਲ ਕਿੱਥੇ ਗਾਇਬ ਸੀ? ਤੈਨੂੰ ਮਨਾ ਕੀਤਾ ਸੀ ਨਾ ਮੇਰੇ ਤੋਂ ਪੁੱਛੇ ਬਗੈਰ ਘਰੋਂ ਬਾਹਰ ਨਹੀਂ ਨਿਕਲਣਾ, ਕਿੱਥੇ ਉੱਡੀ ਹੋਈ ਸੀ? ਮੰਮੀ, ਉਹ ਤਾਂ ਮੈਂ ਬਸ ਹੁਣ ਮੈਂ ਤੇਰੀ ਇੱਕ ਹੋਰ ਝੂਠੀ ਕਹਾਣੀ ਨਹੀਂ ਸੁਣਨੀ। ਹੁਣ ਤੂੰ ਇੱਥੇ ਆ ਤੇ ਅੱਜ ਦੀ ਪਾਰਟੀ ਵਾਸਤੇ ਨਾ ਆਪਣੇ ਲਈ ਗਹਿਣੇ ਦੇਖ ਲੈ। ਮੈਂ ਜਦ ਵੀ ਉੱਥੇ ਗਈ ਹਾਂ, ਕੋਈ ਨਾ ਕੋਈ ਤਮਾਸ਼ਾ ਹੀ ਹੋਇਆ। ਮੇਰਾ ਤੇ ਮਨ ਹੀ ਨਹੀਂ ਹੈ ਉੱਥੇ ਜਾਣ ਦਾ। ਮੰਮੀ, ਸਾਡਾ ਸਾਰੇ ਦੇ ਜਾਣਾ ਜ਼ਰੂਰੀ ਹੈ? ਮੇਰਾ ਬਿਲਕੁਲ ਮਨ ਨਹੀਂ ਹੈ।
ਤੁਸੀਂ ਸਾਰੇ ਜਾਓ। ਹਾਂ ਹਾਂ, ਤੂੰ ਤੇ ਇਹੀ ਚਾਹੇਗੀ ਕਿ ਅਸੀਂ ਸਾਰੇ ਜਣੇ ਚਲੇ ਜਾਈਏ ਤੇ ਤੂੰ ਕੱਲੀ ਇੱਥੇ ਆਜ਼ਾਦ ਹੋ ਕੇ ਫਿਰੇ ਤੇ ਜਿਹਨੂੰ ਮਰਜ਼ੀ ਸੱਦੇ। ਮੰਮੀ ਪਲੀਜ਼, ਕੀ ਬੋਲੀ ਜਾਂਦੇ ਹੋ? ਹੱਦ ਹੈ ਯਾਰ ਪਰਮ, ਤੂੰ ਤਾਂ ਐਵੇਂ ਉਸ ਵਿਚਾਰੀ ਦੇ ਪਿੱਛੇ ਪੈ ਗਈ। ਵਾਹ, ਇਹ ਵਿਚਾਰੀ ਤੇ ਮੇਰੀ ਮੱਤ ਗਈ ਹੈ ਮਾਰੀ। ਓਫੋ, ਹੁਣ ਤੁਸੀਂ ਸਾਰੇ ਲੜੋ ਨਾ। ਠੀਕ ਹੈ, ਮੈਂ ਵੀ ਚੱਲਦੀ ਹਾਂ ਨਾਲ। ਤੈਨੂੰ ਤਾਂ ਮੈਂ ਲੈ ਕੇ ਹੀ ਚੱਲਾਂਗੀ, ਤੈਨੂੰ ਕੱਲੀ ਨੂੰ ਨਹੀਂ ਛੱਡਣ ਲੱਗੀ ਮੈਂ। ਤੂੰ ਹੁਣ ਇੱਧਰ ਆ ਤੇ ਆਪਣੇ ਲਈ ਛੇਤੀ ਨਾਲ ਗਹਿਣੇ ਦੇਖ ਲੈ। ਤੇ ਤੁਸੀਂ ਦੋਨੋਂ ਜਣੀਆਂ ਨਾ ਸੋਹਣੇ ਤਰੀਕੇ ਨਾਲ ਤਿਆਰ ਹੋ ਕੇ ਜਾਇਓ। ਅੱਛਾ, ਇਹ ਵੇਖ,